ಮತ್ತೆ ಕಾಂಡ ಲಗಾದಾಗ ಈ ಸೈಡ್ ಅದೇ ಪೋಡಗ್ರಾಮ್ ಪೋಡನ್ ತಲೆ ಸುತಿ ಅಜ್ಬಿಲ್ಲಾಹಿ ನಿಸ್ತಾನ ಜಿ ಬಿಸ್ಮಿಲ್ಲಾಹಿ ರಹ್ಮಾನಿ ಅಸ್ಸಲಾಮು ಅಲೈಕುಮ ತಾನ ಫಜಲ್ ಕರಮ ದ ಶುಕ್ರ ನಾ ಅಜ್ ನಮ ಲೋಕರೇ ನ ಶುರು ವಗರ ಇತಕ ಸೋ ಮೇರೆ ಚಾನಲ್ ಸಬ್ಸ್ಕ್ರೈಬ್ ಕೋನಿ ಕೀತಾ ತ ಜಲ್ದಿ ನಾ ಚಾನಲ ಸಬ್ಸ್ಕ್ರೈಬ್ ಕರ ದೇ ವಿಡಿಯೋ ಲೈಕ್ ಕರ ದೇ ಶುಕ್ರಿಯಾ ਅਤੇ ਅੱਜ ਜਿਹੜੇ ਲੋਕ ਆਸਾ ਖਾਸ ਹੋਣ ਵਾਲਾ ਕਿਉਂਕਿ ਅੱਜ ਫਲੀ ਨਾ ਤੀਸਰਾ ਦਿਨ ਫਲੀ ਸੀਜ਼ਨ ਸ਼ੁਰੂ ਆਈ ਬਾਤ ਇਹਨੂੰ ਕੰਮ ਇਹਨੂੰ ਫਲੀ ਨਾ ਅੱਜ ਤੀਸਰਾ ਦਿਨ ਨੇ ਕੰਮਿਆ ਕਿਉਂਕਿ ਪਹਿਲਾ ਦਿਨ ਜਿਹੜੀ ਵੀਡੀਓ ਬਣਾਈ ਉਹ ਡਿਲੀਟ ਹੋ ਗਈ ਦੂਸਰੀ ਵੀਡੀਓ ਅਪਲੋਡ ਕੀਤੀ ਹੈ ਉਹ ਸਹੀ ਤਰ੍ਹਾਂ ਨਹੀਂ ਬਣ ਸਕੀ ਹੈ ਲੇਕਿਨ ਅੱਜ ਨਹੀਂ ਜਿਹੜੀ ਵੀਡੀਓ ਉਹ ਪੂਰੀ ਇਨਸ਼ਾਅੱਲਾ ਬਣ ਸਕੀ ਹੈ ਅਤੇ ਸੁਣਨਾ ਸ਼ੇਅਰ ਕਰ ਸਾਂ ਇਨਸ਼ਾਅੱਲਾ ਤਾਂ ਵਲੋਗ ਪੂਰਾ ਵਿਖਾ ਅਤੇ ਇਹਦਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੁਕਰੀਆ ਵੀਡੀਓ ਲਾਈਕ ਕਰ ਦਿਓ एक ही प्लाट एक उत्ते वे ते एक ओ उत्ते थले वे तीन प्लाट हैं जेड़े पट्टे वे ई अगे ता खुद खलवाड़ ते खड़े हैं लेकिन इस वेर इथाई यानी इथाई इकट्ठी करने ते ले इथाई प्रोग्राम ते इथाई इकट्ठी करा क्योंकि मिसा टांगुर देवणा तू इथाऊ सड़क नाल ओ इथाऊ लद गई सन ता हन इसा इथाई ओ एक प्लाट उठलवा ਜੀ ਉਹ ਪਰੀ ਸਾਈਡ ਉਹ ਉੱਥੇ ਤੱਕ ਉਹ ਢੇਰ ਲਾ ਦਿੱਤਾ ਅਤੇ ਹੀ ਸਾਈਡ ਦੋ ਅਤੇ ਉਹ ਥਲਵੀਂ ਸਾਈਡ ਉਹ ਰਾਨੀ ਤਾਂ ਕਿਉਂਕਿ ਗਰਮੀ ਨਹੀਂ ਵਜ੍ਹਾ ਤੋਂ ਬਾਅਦ ਸਹੀ ਕੰਮ ਨਹੀਂ ਟੁਰਨਾ ਤਾਂ ਹੁਣ ਤਾਂ ਬਸ ਇਹੀ ਸਾਈਡ ਥੋੜ੍ਹੀ ਜਿਹੀ ਇਹ ਚਾਕ ਪੱਥਰੇ ਚਲਾ ਸਾਂ ਦੂਈ ਪਲਾਟ ਨਹੀਂ ਬਾਅਦ 'ਚ ਕਰ ਸਾਂ ਪਹਿਲੋ ਹੀ ਕੱਟ ਸਾਂ ਉਸ ਤੋਂ ਬਾਅਦ ਦੂਈ ਪਲਾਟ ਨਹੀਂ ਸ਼ੁਰੂ ਕਰ ਸਾਂ ਕਿਉਂਕਿ ਹੀ ਪਹਿਲੋ ਕੱਢ ਕੇ ਵੱਧ ਦੂਈ 'ਚ ਕਰ ਸਾਂ ਇਹ ਹਨ ਜਿਹੜੀ ਦੂਰੇ ਨਾ ਉਹ ਟਰੈਕਟਰ 'ਤੇ ਟਰੈਕਟਰ 'ਤੇ ਡੋਗ ਸਾਂ ਅਤੇ ਜਿਹੜੇ ਨੇੜੋ ਨੇੜੂ ਹੱਥਾਂ 'ਤੇ ਸਾਈਡਾਂ 'ਤੇ ਜਾਣੀ ਵਾ ਟਰੈਕਟਰ 'ਤੇ ਹੁਣ ਪਿਆਸ ਲੱਗ ਗਈ ਤਾਂ ਪਾਣੀ ਪੀਨੇ ਲੇਬਰ ਥੱਕ ਗਈ ਪਾਣੀ ਪੀ ਨਹੀਂ ਪਈ ਪਾਣੀ ਮਰਨੀ ਪਈ ਬਗਾਇਆ ਸਾਈਡ ਤੋਂ ਟਰਾਲੀ ਸਟੇ ਨਾ ਮਰਨੀ ਪਈ ਥੱਕ ਨਹੀਂ ਪਈ ਚਰਸ ਮਾਰਨ ਲੱਗ ਬਾਈ ਚੋ ਉਧਰ ਖੜਾ ਕਰ
ਕਲੀਅਰ ਹੀ ਸਰ ਦੋ ਇਹ ਥੋੜ੍ਹੀ ਜਿਹੀ ਪਰੀ ਸਾਈਡ ਨੂੰ ਥੋੜ੍ਹੀ ਜਿਹੀ ਭਾਈ ਤਾਂ ਹੀ ਥ੍ਰੈਸ਼ਰ ਆਵੇ ਜੀ ਰਾਤੀ ਕੱਢੇ ਨੇ ਸਾਈਡ ਲੱਗ ਗਿਆ ਸਾਹਮਣੇ ਉਸ ਡੇਰੀ ਨਾਲ ਪਲਟੇ ਨੇ ਤਾਂ ਵਾਤੀ ਥੋੜ੍ਹੀ ਬਹੁਤ ਹੀ ਵੇ ਤੇ ਉਤਲਾ ਪਲਾਟ ਹੈ ਥੋੜ੍ਹੀ ਬਹੁਤ ਸੀ ਜੇ ਪੰਦੋਂ ਲੱਦੇ ਨੇ ਅਤੇ ਵਾਤੀ ਇਸ ਪਲਾਟ ਵਾਲੀ ਕੱਢਦਾ ਉਹ ਸਾਹਮਣੇ ਪਲਾਟ ਹੈ ਕਿ ਮੈਂ ਸਾਹ ਚੈੱਕ ਕਰਨਾ ਇਹ ਦੋ ਕੋ ਥੋੜ੍ਹਾ ਬਹੁਤ ਗਾਹ ਵੇ ਇੱਕ ਮਿੰਟ ਇਹੀ ਵੇ ਉਹ ਇੱਥੋਂ ਗਿਣ ਕੇ ਉਹ ਪਾਰ ਤੱਕ ਅਤੇ ਵੱਧ ਜਿਸ ਟਾਈਮ ਇਹੀ ਪੈਲ ਇਹੀ ਪੈਲ ਕੱਢਾਂ ਇਸਾਂ ਕੱਢ ਕੇ ਵੱਧ ਉਹ ਬਲਕਿ ਨਹੀਂ ਇਸਾਂ ਜਿਸ ਟਾਈਮ ਹੀ ਥੋੜ੍ਹੀ ਬਹੁਤ ਇਹੀ ਥੋੜ੍ਹੀ ਜਿਹੀ ਰਹਿ ਗਈ ਇਸਾਂ ਟਰੈਕਟਰ ਪੈਟਰਾਲ ਲੱਦੇ ਨੇ ਵੱਧ ਥੋੜ੍ਹੀ ਜਿਹੀ ਉੱਤੇ ਥੋੜ੍ਹੀ ਜਿਹੀ ਪਲਾਟ ਜੀ ਹੈ ਥੋੜ੍ਹੀ ਜਿਹੀ ਹੈ ਉਹ ਡੋ ਕੇ ਵੱਧ ਕੱਢਾਂ ਇਹ ਡੇ ਥ੍ਰੈਸ਼ਰ ਤਾਂ ਹੀ ਆਵੇ ਸੀ ਕੱਢਾਂ ਤਾਂ ਉਸ ਤੋਂ ਬਾਅਦ ਆਤੀ ਇਕੱਠੀ ਕਰਸਾਂ ਇਨਸ਼ਾ ਅੱਲਾ ਆਈ ਥੋੜ੍ਹੀ ਜਿਹੀ ਅੱਗੇ ਵਜਣ ਦੇ ਮਾਮੂਲੀ ਆ ਗਈ ਕਾਰ ਵਜਣ ਦੇ ਬਸ ਉਦੋਂ ਮਾਰ ਦੋ ਅਰੇ ਚੱਲ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਅਲਹਮਦੁਲਿਲਾ ਜੀ ਇਸ ਪਲਾਟ ਨਾ ਕੰਪਲੀਟ ਸੀਗਾ ਅਤੇ ਹੁਣ ਪਾਣੀ ਪੀਣ ਵਾਸਤੇ ਆਇਆ ਅਤੇ ਉੱਤੇ ਥੋੜ੍ਹੀ ਜਿਹੀ ਹੈ ਉਹ ਲੱਦੇ ਨੇ ਵਾ ਅਤੇ ਭਾਈ ਇਹ ਦੋ ਮਿਸਾ ਟਾਂਗਰ ਵਾਲੇ ਵੀ ਆ ਗਏ ਮਿਸੇ ਆਏ ਭਾਈ ਆਏ ਤਾਂ ਲੇਕਿਨ ਸੌਦਾ ਕੱਲ੍ਹ ਨਾ ਹੋ ਗਿਆ ਮਿਸੇ ਨਾ ਕੱਲ੍ਹ ਨਾ ਮਿਸੇ ਨੇ ਤੇ ਪਲਾਟਾਂ ਨਾਲ ਸੌਦਾ ਹੋ ਚੁੱਕਾ ਵੇ ਅੱਲਾ ਅੱਲਾ ਅਤੇ ਹਾਂ ਇਹ ਪਲਾਟ ਤਾਂ ਕੰਪਲੀਟ ਹੈ ਉੱਤੇ ਪਲਾਟ ਹੈ ਉਸਨੇ ਥੋੜ੍ਹੇ ਬਹੁਤ ਜਿਸ ਚਾਹੇ ਪੈ ਹੀ ਜਲਦੀ ਨਾ ਚਾਹੇ ਵੱਧ ਥੋੜ੍ਹੇ ਛੱਲੇ ਨੇ ਹੈ ਕਹਿਣੇ ਬੜੇ ਨੀ ਜਾਈ ਹੱਥ ਪੋੜਨੇ ਥੱਲੇ ਨਾ ਮਰੇਸ ਨੀ ਮਰੇਸ ਸ਼ੂ ਤਾਂ ਕਿਹਨੇ ਕਰੇ ਮਰੇ ਅਸਨੇ ਯਾਰ ਜਾਈ ਉੱਥੇ ਕੰਡ ਲੱਗਿਆ ਸਾਈਡ ਉੱਤੇ ਪੋੜੇ ਗਰੇ ਪੋੜੇ ਥੱਲੇ ਸੁੱਤੀ ਪਈ ਹੈ ਹੁਣ ਤਾਂ ਆਪਣਾ ਮੂੰਹ ਛੁਪਾ ਗਈ ਵੀ ਅੱਗੇ ਮੂੰਹ ਬਾਹਰ ਕੱਢੀ ਖਾਈ ਲੇਕਿਨ ਹੁਣ ਮੂੰਹ ਛੁਪਾ ਗਈ ਰਾਵਣਾਂ ਨੇ ਪਤਾ ਨਹੀਂ ਪੋੜੇ ਨੇ ਥੱਲੇ ਨਾ ਉਹਨੇ ਥੱਲੇ ਬੈਠੀ ਹੈ ਕਿਉਂਕਿ ਗਰਮੀ ਉੱਤੋਂ ਧੁੱਪ ਹੈ ਧੁੱਪ ਤੋਂ ਵਜਣੇ ਵਾਸਤੇ ਥੱਲੇ ਬੈਠੀ ਹੈ ਵੜ ਕੇ ਅਤੇ ਕੰਡੇ ਸੁਣਾਓ ਉਹਨੇ ਬੜੇ ਕੰਡੇ ਪੁੜਨੇ ਅਸੀਂ ਤਾਂ ਆਪਣੀ ਜ਼ੁਬਾਨ ਜਾਈ ਸਕਦੇ ਪਤਾ ਨਹੀਂ ਤੁਸੀਂ ਕਿਸ ਦਿਨ ਹੋ ਇਸ ਟਰੈਕਟਰ ਨਾਲ ਪਹਿਲਾਂ ਵੀ ਕਰਿਆ ਨਾ ਪਿਆ ਅੱਗੇ ਸੀਜ਼ਨ ਦੇ ਵਿੱਚ ਕਿਉਂਕਿ ਇਸ ਟਰੈਕਟਰ ਇਸ ਸੀਜ਼ਨ ਵਿੱਚ ਪਹਿਲਾਂ ਵੀ ਆਇਆ ਵੈਸੇ ਤਾਂ ਦੂਜੀ ਟਰੈਕਟਰ ਚੜਿਆ ਨਾ ਇਸ ਟਰੈਕਟਰ ਵਿੱਚ ਪਹਿਲਾਂ ਵੀ ਇਸ ਟਰੈਕਟਰ ਪਹਿਲਾਂ ਵੀ ਚੜਿਆ ਜੀ
ਕਿਉਂਕਿ ਟਰੈਕਟਰ ਇਸ ਸੀਜ਼ਨ ਦੇ ਵਿੱਚ ਆਇਆ ਤਾਂ ਇਸ ਸੀਜ਼ਨ ਦੇ ਵਿੱਚ ਇਸ ਪਹਿਲਾ ਵੇਰ ਹੀ ਇਸ 'ਤੇ ਡਰਾਈਵ ਕਰੇ ਹੁੰਦੇ ਹਨ। ਅਲਹਮਦੁਲਿਲਾ ਜੀ ਕੰਪਲੀਟ, ਜਦੋਂ ਥਰੈਸ਼ਰ ਵੀ ਆ ਗਈ ਉਹ ਟਰੈਕਟਰਾਂ ਨਾਲ ਪਾ ਉਹ ਵੇਖਾਂ ਨਾ ਪਾ ਤੋਂ ਅੱਗੋਂ ਦਰਖਤ ਆ ਗਏ। ਇੱਕ ਮਿੰਟ ਹੁਣ ਵੇਖੋ ਟਰੈਕਟਰ ਥਰੈਸ਼ਰ ਵੀ ਆ ਗਈ ਅਤੇ ਤਾਂ ਪਾਣੀ ਛਾਣੀ ਪੀਂਦੇ ਅਤੇ ਬਾਅਦ ਥਰੈਸ਼ਰ ਚੱਲੇ ਨੇ। ਅਤੇ ਇਸ ਵਕਤ ਸੂਰਜ ਵੀ ਅਰੂਜ ਅਤੇ ਸਹੀ ਗਰਮੀ ਹੁਣ ਪਹੁੰਚਣੀ ਪਈ। ਦੋ ਪਲਾਟ ਅੱਜ ਹੋ ਗਏ, ਵੱਡਾ ਪਲਾਟ ਰਹੇਗਾ ਤਾਂ ਉਸ ਪਲਾਟ ਥੋੜ੍ਹੀ ਦੇਰ ਹੀ ਲੱਗ ਸੀ ਕਿਉਂਕਿ ਉਹ ਗਰਮੀ ਥੀ ਗਈ। ਉਹ ਵੱਡਾ ਪਲਾਟ ਹੋਵੇ ਹਿੰਦੋ ਤਾਂ ਛੋਟੇ ਪਲਾਟ ਹੈ, ਉਹ ਵੱਡਾ ਪਲਾਟ ਹੈ ਤਾਂ ਉਸ 'ਤੇ ਥੋੜ੍ਹੀ ਬਹੁਤ ਦੇਰ ਲੱਗ ਸੀ। ਇਹ ਤਾਂ ਕਲੀਅਰ ਕਰ ਛੋੜੀ ਅਲਹਮਦੁਲਿਲਾ। ਉੱਥੋਂ ਪਾਣੀ ਪੀ ਕੇ ਬਾਅਦ ਥਰੈਸ਼ਰ ਚਲੇ ਨੇ। ਉਹ ਟਰੈਕਟਰ ਆ ਗਿਆ ਇਹਦੇ ਥਰੈਸ਼ਰ ਵਾਲਾ। ਥਰੈਸ਼ਰ ਲੈਣੇ ਜੀ, ਹੁਣ ਪਾਣੀ ਚਾਣੀ ਪੀ ਸਾਈ ਸਾਈ ਕੱਢ ਕੇ ਦੀਆਂ ਥਰੈਸ਼ਰ ਲੈਣੇ ਅਤੇ ਕੁੱਕੜ ਇਸਨੀ ਬੜੀ ਹੀ ਇੱਕ ਅਜੀਬ ਗਰੀਬ ਸਟੋਰੀ ਲੈ ਉਹ ਬਾਅਦ ਕਿਵੇਂ ਸੁਣਿਆ ਸੀ ਹੁਣ ਟਾਈਮ ਕੋਈ ਨਹੀਂ ਹੁਣ ਥਰੈਸ਼ਰ ਲਾਉਣ ਲੱਗੇ ਉਹ ਸਟੋਰੀ ਬਾਤ ਕਿਵੇਂ ਸੁਣਿਆ ਸੀ। ਇਹਦੀਆਂ ਬੜੀ ਬੜੀ ਸਟੋਰੀਆਂ ਕੁੱਕੜੀ ਦੀਆਂ ਕਿ ਵੈਸੇ ਥਰੈਸ਼ਰ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਨਹੀਂ ਚਾਹੇ ਉਹਨੇ ਈਜ਼ੀ ਹੋਣਾ, ਇਸ ਤੋਂ ਬਗੈਰ ਕੰਮ ਮੁਸ਼ਕਿਲ ਹੋ ਜਾਣਾ। ਥਰੈਸ਼ਰ ਸ਼ੁਰੂ ਕਰੇ ਲਾਉਣ ਲੱਗੇ ਹਾਂ ਜੀ, ਤਰੇ ਡੇ ਚੌਥੀ ਅਤੇ ਵੱਤ ਥਲਵੀ ਹੀ ਕੱਢ ਕੇ ਵੱਤ ਥਲਵੀ ਨੂੰ ਇਕੱਠੀ ਕਰ ਸਾਨੂੰ ਇਹ ਜਿਹੜਾ ਉੱਥੇ ਗਾਣ ਜਗ੍ਹਾ ਬਣਿਆ ਨਾ ਪਾ ਇੱਥੇ ਕਿਉਂਕਿ ਖੜੋ ਸੀ ਕਿਉਂਕਿ ਉਹ ਜਿਹੜਾ ਜਿਸ ਜਗ੍ਹਾ ਦੱਥਾ ਪੈਣਾ ਉਹ ਜਗ੍ਹਾ ਥੋੜ੍ਹੀ ਉੱਚੀ ਹੋਵੇ ਨਹੀਂ ਤਾਂ ਇਸ ਦੇ ਉੱਥੇ ਖੜੋ ਸੀ ਤਾਂ ਵੱਤ ਠੀਕ ਰਹੇ ਸੀ ਉਹ ਉੱਚਾ ਥੀ ਵੇ ਸੀ ਬੰਦੇ ਹੀ ਥੋੜ੍ਹਾ ਜਿਹਾ ਤਾਂ ਵੱਤ ਇਗਜ਼ਾਮ ਸਿਸਟਮ ਠੀਕ ਥੀ ਪੈਣਾ। ਜਾਉਣ ਜਾ ਅਲਹਮਦੁਲਿਲਾ ਜੀ, ਜਿਹੜੀ ਥੱਲੇ ਪਈ ਹੈ ਉਹ ਸਾਰੀ ਨਿਕਲ ਗਈ ਹੈ ਟਰਾਲੀ, ਜਿਹੜੀ ਉੱਤੋਂ ਲੱਦ ਗਿਆ ਉਸ ਪਲਾਟ ਚੂਹ ਰਹਿ ਗਿਆ ਜੀ ਕੱਢਿਆ, ਲੇਕਿਨ ਹਾਲਾਂ ਕਿਉਂ ਗਰਮੀ ਉੱਤੋਂ ਬੇਤਾਸ਼ ਆ ਜ਼ਿੰਮੇਦਾਰੀ ਕਰਨ ਦੀ ਸੁਰੱਖਿਅਤ ਨਹੀਂ ਕੱਟਾ ਬੱਚਿਆਂ ਦਾ ਖੇਲਦਾ ਨਹੀਂ ਬਸ ਠੀਕ ਹੈ। ਇਹ ਟਰਾਲੀ ਲੈ ਕੇ ਬਕਾਇਆ ਹੀ ਨਿਕਲ ਗਈ ਜਿਹੜੇ ਇੱਥੇ ਜਿਹੜੀ ਪੈ ਉਹ ਦੋਵੇਂ ਟਰਾਲੀ ਸਾਈਡ ਉੱਥੋਂ ਇਕੱਠੀ ਕੀਤੀਆਂ ਇਸ ਪਲਾਟ ਆ ਜਿਹੜੀ ਸਾਰੀ ਨਿਕਲ ਗਈ ਉੱਧਰ ਪਲਾਟ ਆਈ ਬਸ ਹੈ ਅਤੇ ਵਾਥੂ ਪਲਾਟ ਇਕੱਠੀ ਕਰਨੀ ਇਨਸ਼ਾਅੱਲਾ ਬਹੁਤ ਜਲਦ। ਪੈ ਜਿਸ ਟਾਈਮ ਕੰਮ ਨਹੀਂ ਸ਼ੁਰੂ ਹੋਣਾ ਉਸ ਟਾਈਮ ਥੋੜ੍ਹਾ ਜਿਹਾ ਨਰਵਸ ਹੋਣਾ, ਲੇਕਿਨ ਉਸ ਤੋਂ ਬਾਅਦ ਬਿਲਕੁਲ ਬੰਦੇ ਜਿਸ ਟਾਈਮ ਬੰਦਾ ਕੰਮ ਨੇੜੇ ਲੱਗ ਰਿਹਾ ਵੱਧ ਥੋੜ੍ਹੀ ਸਹੀ ਕੋਨਫੀਡੈਂਸ ਜਾਗਣਾ ਕਿ ਬਸ ਨੇੜੇ ਆਉਣ ਤਾਂ ਆਉਣ ਬਸ ਹੀ ਆਖਰੀ ਇਨਸ਼ਾਅੱਲਾ ਬਹੁਤ ਜਲਦੀ ਵੀ ਨਿਕਲ ਗਏ ਸੀ। ਪਾਣੀ ਪੀਣ ਦਾ ਦਬਾਅ ਸ਼ੁਰੂ ਕਰੇ ਨੇ ਬਸ ਜੀ ਆਖਰੀ ਆ, ਉਸ ਤੋਂ ਬਾਅਦ ਉਸ ਪਲਾਟ ਨਹੀਂ ਇਕੱਠੀ ਕਰਨੀ ਹੈ ਜੀ, ਇਕੱਠੀ ਕਰਕੇ ਬਸ ਪਸੀਨੇ ਨਾਲ ਫਿਰ ਕਿਉਂਕਿ ਸੂਰਜ ਬਿਲਕੁਲ ਉੱਤੇ ਤਕਰੀਬਨ ਇਸ ਟਾਈਮ ਜ਼ਰੂਰਤ ਹੋ ਰਹੇ ਅੱਗੇ ਜਿਹੜੀ ਲੇਬਰ ਹੋ ਰਹੀ ਹੈ ਚਾਰ ਬੰਦੇ ਹੋਣ, ਇੱਕ ਮੈਂ ਅਤੇ ਇੱਕ ਜਣਾ ਉਹ ਖੜਾ ਅਤੇ ਇੱਕ ਜਣਾ ਉਹ ਜੀ ਲੱਗ ਗਿਆ ਅਤੇ ਇੱਕ ਆਇਆ ਇੱਕ ਵਾਰੀ ਅਸੀਂ ਚਾਰ ਬੰਦੇ ਲੇਬਰ ਹੋ ਰਹੇ ਖੜੇ ਨੇ, ਲੇਕਿਨ ਹੁਣ ਇਹ ਜਣਾ ਉਹ ਆਈ ਕੋਈ ਜਣ ਇਹ ਖੜੇ ਨੇ ਪਏ ਥੋੜ੍ਹੀ ਜਿਹੀ ਵਧੀਆ ਟਰਾਲੀ ਆਖਰੀ ਤਾਂ ਇਹ ਖੜੇ ਨੇ ਪਏ ਅਤੇ ਉਹ ਜਣਾ ਮਿਸ ਦੇ ਅਲਹਮਦੁਲਿਲਾ ਜੀ ਕੱਢ ਛੋੜੀ। ਲੇਕਿਨ ਗਰਮੀ ਇਤਨੀ ਕਿ ਮੈਂ ਸਿਰਫ ਵੀਡੀਓ ਬਣਾਉਣ ਵਾਸਤੇ ਮੋਬਾਈਲ ਰੱਖਿਆ ਆ ਰੱਖਿਆ ਉਸ ਦੋ ਪਾਈ ਉਸ ਜਗ੍ਹਾ ਦੋ ਪਾਈ ਜਿਸ ਵਜ੍ਹਾ ਤੋਂ ਮੋਬਾਈਲ
टेम्परेचर हाई हो गया। मैं तो थोड़ी देर बाद वहीं मोबाइल तक वीडियो बंद है, वीडियो पता नहीं कितनी बनी, तो मोबाइल ने आन किया, मैं तो आखा बंद थी गया बिल्कुल ही, लेकिन जिस टाइम बटन दबाया पावर बटन था मोबाइल वार्निंग देना पे कि टेम्परेचर हाई सा फ्रिज रखो, लेकिन हाँ थोड़ी देर छावा रखा था टेम्परेचर लो थी गया, तो हाँ अलहमदुल्ला निकल गई भाई। हाँ सिर्फ ही प्लाट रहेगा इस चीज़ कट्ठी वेज करनी तो करनी। जड़ी आज कड़ी एक दो तीन चार पाँच छः सत्त तकरीबन तीन एक बोरियाँ इस चु निकलियाँ, लेकिन अगे बात पता करें जो सारी निकल रहा तो बात इसने रिजल्ट के साथ कितनी निकली उस प्लाट आज निकल रहा जी, उस तो बाद चेक कर सकते कितनी इस प्लाट में जी थोड़ी जी इकट्ठी की दो भाई इदो इदो हम साइड तो ट्राली में सटेन है साइड आए ट्राली टोने क्योंकि इस वक्त गर्मी रूझते हुए पानी पीता जाने दे ट्राली बिच बकाया जी ट्राली सटे ने इंशाल्लाह बहुत जल्द काम एक काम करता दोबारा होने वाले इस वक्त ते सूरज सही रूझते खड़ा गर्मी बेतहाशा। बस जी थोड़ी जी ही रह गई बकाया सारे लदी गई थोड़ी जी ही रह गई जान बस इन जो सारे चार पॉइंट नजर पैने रह गए बकाया सारी लदी गई वह एक देरी इधर लाई तो एक उत्ते बकाया सारा कंप्लीट हाँ सिर्फ थ्रेशर इंतजार है थ्रेशर लग गई अगे कहीं और ही निकल करनी है दूध लगा आन वापस आती तो बस अलहमदुल्ला जी ही डे निकल गया हुआ रहेगा, लेकिन इस वक्त गर्मी है रूझते हुए तो असली हालत चेक कर गए हालत खराब है बिल्कुल ही ए वेखो बिल्कुल मिट्टी ना यानी तबाह फिलहाल पसीना तो मिट्टी क्योंकि इस वक्त सूरज एक ना टाइम है सुबह तो भी दस ना टाइम है तो उस टाइम गुजारा किया, लेकिन हूँ बिल्कुल ही मिट्टी ना चूर चूर है सूरज रूते हुए सिर्फ वो डेर रहेगा हालत खराब हो गई आज तो खैर देख सकते हो आज बुरी हालत है कपड़े अलहमदुल्ला जी कंप्लीट करके घर बहने पे ही बड़ी जी इस चु निकली इस पराली चो ही थोड़ी जी कोई दो तीन गड्डू पैन बगैर सारा क्लियर हाँ घर बहने सुबह ने हाँ पेट कोई चाहे कोई पैसे भुखे सुबह हाँ माई को रोटी कह रहा है तीन का टाइम होने वाला हूँ फारे कोने पे हैं जिम्मेदारी करो जी काम करने पौने अलहमदुल्ला जी घर पहुँच गए तो हालत बहुत ही खराब है पहले तो भूख बहुत डाड़ी लगी जानी अगर रोटी खाने बात अगला काम करें नामना वगैरह भी है ऐसे वो बाद सिर्फ मुँह हाथ धो के रोटी खाने पाओ तो गर्मी ओ पठान आ ना गरीब तबाद है आज वो गल इन्हें दिन हालत वेख दी उसी जिम्मेदार की होनी तो अज ना जो ब्लॉग इस नाम इतना ही करें तो जो कम है जिम्मेदारा ने बहुत ही औखा अज तक शुरुआत है समाज दी अगे अगे बहुत सारे नजराने वेखने का अस अज ने ब्लॉग इस तम इतना ही करें अभी क्योंकि नहाने रोटी रोटी खा के नहाने तो बड़ी ही एक बार जिसम त्रुटा हुआ एक बार फ्रैश थी ने बात तो दुआवें याद रखा है बहुत सारा प्यार अल्लाह हाफिज़ खास करके दुआवें लाजमी क्योंकि इन हालत जिम्मेदारा लाजमी याद रख करो क्योंकि इन्हों बगैर मुल्क ने सरमाया कौन तो वेख सकते हो हालत फसलें नहीं बिल्कुल कौन नहीं क्योंकि जिम्मेदार जोड़ा भी है उसने जोड़ा भी दारोमेदार होना वो फसलें ही होना तो हुकूमत चाहना कि अगर इसते सब्सिडी जरूर किसानों देनी चाहिए जिस साल फसल माड़ी थी इस साल फसल नहीं हालत तुम वेख सकते हो मैं सो ये वीडियो भी खाई फसल नहीं हालत बहुत ही खराब है तो अल्लाह हाफिज़।